ਇਹ ਗਵਾਂਢੀਆਂ ਦੇ ਮੁੰਡੇ ਨਾਲ ਸੀਗਾ ਇਹਦੇ ਨਜਾਇਜ਼ ਸਬੰਧ। ਹਾਂਜੀ। ਤੇ ਉਹ ਮੁੰਡਾ ਗੋਲੀਆਂ ਦਿੰਦਾ ਸੀਗਾ ਨੀਂਦ ਦੀਆਂ। ਇਹ ਸਾਨੂੰ ਸਾਰੇ ਪਰਿਵਾਰ ਨੂੰ, ਮਤਲਬ ਮੇਰੇ ਮਾਤਾ ਪਿਤਾ ਨੂੰ, ਮੈਨੂੰ, ਜਿੰਨੇ ਮੇਰੇ ਭੈਣ ਭਰਾ ਸੀ ਇਹਨਾਂ ਨੂੰ ਗੋਲੀਆਂ ਪਾ ਕੇ, ਮੇਰੇ ਮੁੰਡਿਆਂ ਨੂੰ ਦੋਵਾਂ ਨੂੰ ਗੋਲੀਆਂ ਪਾ ਕੇ, ਤਾਂ ਇਹ ਦੋਵੇਂ ਮਤਲਬ ਨਿਕਲ ਗਏ। ਸਾਡਾ ਨੌਂ ਸੀ, ਸਾਡੀ ਗਵਾਂਢੀਆਂ ਦੇ ਮੁੰਡੇ ਨਾਲ ਭੱਜ ਗਈ ਆ। ਫਿਰ ਇੱਕ ਬੱਚਾ 6 ਸਾਲਾਂ ਦਾ ਸੀ, ਉਹ ਢਿੱਲਾ ਹੋ ਗਿਆ, ਉਹਨੂੰ ਗੋਲੀਆਂ ਦਿੱਤੀਆਂ ਸੀ, ਉਹਨੂੰ ਅਸੀਂ ਲਈ ਫਿਰਦੇ ਰਹੇ ਹਾਂ। ਜੇ ਉਹਦੀ ਮਾਂ ਮਿਲ ਜਾਂਦੀ ਤਾਂ ਸਾਡਾ ਬੱਚਾ ਨਹੀਂ ਸੀ ਪੂਰਾ ਹੋਣਾ। ਇਹ ਗਵਾਂਢੀਆਂ ਦੇ ਮੁੰਡੇ ਨਾਲ ਸੀਗਾ ਇਹਦੇ ਨਜਾਇਜ਼ ਸਬੰਧ। ਹਾਂਜੀ। ਅਤੇ ਉਹ ਮੁੰਡਾ ਗੋਲੀਆਂ ਦਿੰਦਾ ਸੀਗਾ ਨੀਂਦ ਦੀਆਂ। ਇਹ ਸਾਨੂੰ ਸਾਰੇ ਪਰਿਵਾਰ ਨੂੰ, ਮਤਲਬ ਮੇਰੇ ਮਾਤਾ ਪਿਤਾ ਨੂੰ, ਮੈਨੂੰ, ਜਿੰਨੇ ਮੇਰੇ ਭੈਣ ਭਰਾ ਸੀ ਇਹਨਾਂ ਨੂੰ ਗੋਲੀਆਂ ਪਾ ਕੇ, ਮੇਰੇ ਮੁੰਡਿਆਂ ਨੂੰ ਦੋਵਾਂ ਨੂੰ ਗੋਲੀਆਂ ਪਾ ਕੇ, ਤਾਂ ਇਹ ਦੋਵੇਂ ਮਤਲਬ ਨਿਕਲ ਗਏ, ਨਸ਼ੇ ਦੀਆਂ ਗੋਲੀਆਂ ਪਾ ਕੇ ਗਏ। ਹਾਂਜੀ, ਦਰਖਾਸਤਾਂ ਬਹੁਤ ਦਿੱਤੀਆਂ ਇਹਨਾਂ, ਕੋਈ ਮਤਲਬ ਸੁਣਵਾਈ ਨਹੀਂ ਮੇਰੀ। ਆਵੇ ਆਰ ਫੋ ਕੇ ਸਾਡੇ ਕੋਲ ਇਹ ਸਾਡੇ ਮਤਲਬ ਬਿਲਕੁਲ ਲਾਗੇ ਹੀ ਆ। ਉਹ ਕਹਿੰਦੇ ਵੀ ਅਸੀਂ ਐਵੇਂ ਰੈਸਟ ਨਹੀਂ ਕਰ ਸਕਦੇ ਕਿ ਵੀ ਜੇ ਅੱਜ ਮਤਲਬ ਉਹਦੀ ਮਾਂ ਹੁੰਦੀ ਕਾਕੇ ਦੀ ਤੇ ਮੇਰਾ ਪੁੱਤ ਨੇ ਮਤਲਬ ਇੱਥੋਂ ਜਾਣਾ ਨਹੀਂ ਸੀਗਾ। ਸਾਲ ਦਾ, 1.5 ਸਾਲ ਦਾ ਸੀਗਾ। ਦੋ ਬੱਚੇ ਨੇ, ਇੱਕ 6 ਸਾਲਾਂ ਦਾ, ਇੱਕ 1.5 ਸਾਲ ਦਾ। ਹਾਂਜੀ ਹਾਂਜੀ, ਹਾਂਜੀ ਵੱਡੇ ਨੂੰ ਗੋਲੀਆਂ ਦੱਸਤੀਆਂ ਸੀ ਤੇ ਵੱਡੇ ਤੋਂ ਮਤਲਬ ਅਸੀਂ ਲੈ ਕੇ ਗਏ, ਠੀਕ ਨਹੀਂ ਸੀ, ਅਸੀਂ ਹਸਪਤਾਲ ਲੈ ਗਏ। ਇਹ ਮਗਰੋਂ ਮੇਰੇ ਸਾਡੇ ਆਉਂਦਿਆਂ ਨੂੰ ਚਲੇ ਗਏ ਸੀਗੇ। ਤੇ ਮੈਂ ਇਹੀ ਚਾਹੁੰਦਾ ਵੀ ਬਸ ਮੈਨੂੰ ਇੱਥੋਂ ਇਨਸਾਫ ਮਿਲਣਾ ਚਾਹੀਦਾ, ਕਾਰਵਾਈ ਹੋਣੀ ਚਾਹੀਦੀ। ਸਾਡਾ ਨੌਂ ਸੀ, ਸਾਡੀ ਗਵਾਂਢੀਆਂ ਦੇ ਮੁੰਡੇ ਨਾਲ ਭੱਜ ਗਈ ਆ। ਫਿਰ ਇੱਕ ਬੱਚਾ 6 ਸਾਲਾਂ ਦਾ ਸੀ, ਉਹ ਢਿੱਲਾ ਹੋ ਗਿਆ, ਉਹਨੂੰ ਗੋਲੀਆਂ ਦਿੱਤੀਆਂ ਸੀ, ਉਹਨੂੰ ਅਸੀਂ ਲਈ ਫਿਰਦੇ ਰਹੇ ਹਾਂ। ਅਤੇ ਇਹਨਾਂ ਦਾ ਭੱਜ ਗਈ ਉਹਦੇ ਨਾਲ। ਫਿਰ ਦੂਜਾ ਮੁੰਡਾ ਸੀ 1.5 ਸਾਲ ਦਾ, ਉਹ ਦੁੱਧ ਪੀਂਦਾ ਸੀ ਅਤੇ ਅਸੀਂ ਦੁੱਧ ਪਿਆਉਂਦੇ ਹਾਂ ਉਹਨੂੰ, ਅਤੇ ਉਹ ਦੁੱਧ ਸੁੱਟ ਦਿੰਦਾ ਸੀ, ਨਹੀਂ ਸੀ ਪੀਂਦਾ, ਮਾਂ ਦਾ ਦੁੱਧ ਪੀਂਦਾ ਸੀ। ਅਸੀਂ ਬੜਾ ਇਹਨਾਂ ਨੂੰ, ਪੁਲਿਸ ਵਾਲਿਆਂ ਨੂੰ ਦਰਖਾਸਤਾਂ ਦਿੱਤੀਆਂ ਸੀ। ਸਾਹਮਣੇ ਸਾਡੇ ਬਾਰ ਦੇ ਚੌਂਕੀ ਆ, ਅਜੇ ਪੁਲਿਸ ਨੇ, ਜੇ ਉਹਦੀ ਮਾਂ ਮਿਲ ਜਾਂਦੀ ਤਾਂ ਸਾਡਾ ਬੱਚਾ ਨਹੀਂ ਸੀ ਪੂਰਾ ਹੋਣਾ, ਇਹ ਮਾਂ ਦੀ ਵਜ੍ਹਾ ਦੇ ਨਾਲ ਬੱਚਾ ਪੂਰਾ ਹੋ ਗਿਆ ਰੇ। ਹਾਂਜੀ, ਦੁੱਧ ਪੀਂਦਾ ਸੀ 1.5 ਸਾਲ ਦਾ ਸੀ ਜੀ। ਸਾਡੀ ਪਾਰਟੀ ਦਾ ਮੈਂਬਰ ਹੈ ਜੀ, ਇਸ ਮੁੰਡੇ ਦੇ ਨਾਲ ਜਾਸਤੀ ਹੋਈ ਹੈ। ਇੱਕ ਬੱਚਾ ਉਹਨਾਂ ਦਾ 6 ਸਾਲ ਦਾ, ਇੱਕ 1.5 ਸਾਲ ਦਾ ਜੀ, ਔਰ ਸਾਰੇ ਪਰਿਵਾਰ ਨੂੰ ਔਰ ਗੋਲੀਆਂ ਪਾ ਕੇ, ਠੀਕ ਹੈ, ਉਹ ਚਲੇ ਗਏ ਬੱਚੇ ਨੂੰ ਰਹਿਣ ਵਾਲੇ ਪਰਿਵਾਰ। ਇਹ ਜੀ ਹਰਸ਼ ਸਿੰਘ ਘਰੇ ਰਹਿਣ ਵਾਲੇ। ਸਾਡੀ ਪਾਰਟੀ ਨੇ ਪਰਚਾ ਦਰਜ ਕਰਵਾਇਆ ਸਰ, ਸਾਡੀ ਪਾਰਟੀ ਨੇ ਪਰਚਾ ਦਰਜ ਕਰਵਾ ਕੇ ਔਰ ਉਹਦੇ ਮੁਤਾਬਕ ਫਿਰ ਵੀ ਪੁਲਿਸ ਰਜਿਸਟਰ ਨਹੀਂ ਕਰ ਰਹੀ, ਔਰ ਇਹਨਾਂ ਨੇ ਇੱਕ ਉਹਨਾਂ ਦਾ ਮੁੰਡਾ ਚੁਕਾਇਆ ਔਰ ਉਹ ਕਹਿੰਦੇ ਨੇ ਵੀ ਇਹ ਮੁੰਡੇ ਨੂੰ ਉਹਨਾਂ ਛੱਡਤਾ, ਵੀ ਅਸੀਂ ਇਹਨੂੰ ਕੀ ਕਰੀਏ, ਦੱਸੋ ਵੀ ਉਹ ਕਿੱਥੇ ਬੈਠੇ ਨੇ, ਸਾਨੂੰ ਫੜਾਓ ਫੜਾਓ ਜੀ। ਇਹ ਪੁਲਿਸ ਵਾਲੇ ਨੇ ਇਹਨਾਂ ਨੂੰ ਰਜਿਸਟਰ ਕਰਨਾ, ਉਹਦੇ ਰਿਸ਼ਤੇਦਾਰ ਰਜਿਸਟਰ ਕਰਨਾ, ਉਹਦੇ ਭਰਾ ਭੈਣ ਨੂੰ ਰਜਿਸਟਰ ਕਰਨਾ, ਉਹਨਾਂ ਨੂੰ ਸੇਕ ਲੱਗੇ, ਉਹ ਆਪੇ ਦੱਸਣਗੇ, ਕਿਉਂਕਿ ਉਹਨਾਂ ਦੇ ਫੋਨ 'ਤੇ ਕਨੈਕਟ ਗੱਲਾਂ ਹੋ ਰਹੀਆਂ ਨੇ, ਕਿਉਂਕਿ ਉਹ ਆਪੇ ਦੱਸਣਗੇ, ਪੜਤਾਲ ਕਰਨਗੇ ਵੀ ਇਹ ਪੁਲਿਸ ਨੂੰ ਨਾਲ ਜਾ ਕੇ ਉੱਥੇ ਬਾਣਗੇ, ਕਹਿਣਗੇ ਆਹ ਬੈਠੇ ਬੰਦੇ। ਇਹ ਇੱਕ ਲੜਕੀ ਸੀ ਗੀਤਾ, ਪਤਨੀ ਸੋਨੂੰ, ਇਹ ਆਰ ਐਫ ਕੇ ਦੀ ਰਹਿਣ ਵਾਲੀ ਸੀ। ਇਹਦੇ ਨਜਾਇਜ਼ ਸੰਬੰਧ ਬਣ ਗਏ, ਮੇਰਾ ਜਿਹੜਾ ਗੁਆਂਢੀ ਸੀ ਇਹਦਾ ਗੁਰਪ੍ਰੀਤ ਸਿੰਘ, ਇਹਦੇ ਨਾਲ ਮਿਲ ਕੇ ਅਤੇ ਇਹ ਘਰੋਂ ਭੱਜ ਗਈ। ਅਤੇ ਇਹਦੇ ਦੋ ਬੱਚੇ ਸੀ, ਇੱਕ ਵੱਡਾ ਬੱਚਾ 5 ਸਾਲ ਦਾ, ਛੋਟਾ 1.5 ਸਾਲ ਦਾ ਬੱਚਾ ਸੀ, ਦੁੱਧ ਪੀਂਦਾ ਸੀ, ਛੋਟਾ ਬੱਚਾ ਦੁੱਧ ਪੀਂਦਾ ਸੀ ਹਾਲੀ। ਅਤੇ ਜਦੋਂ ਚਲੀ ਗਈ ਅਤੇ ਉਹ ਜਿਹੜਾ ਛੋਟਾ ਬੱਚਾ ਸੀ ਉਹ ਦੁੱਧ ਜਿਹੜਾ ਹੁਣ ਬਾਹਰ ਦਾ ਪਿਆਉਂਦੇ ਸੀ ਅਤੇ ਉਹ ਨਾ ਪੀ ਸਕਿਆ, ਅਤੇ ਜਿਸ ਕਾਰਨ ਉਹਦੀ ਮੌਤ ਹੋ ਗਈ। ਅਤੇ ਜੇ ਉਹ ਅਸੀਂ ਆਪਣਾ ਗੀਤਾ ਦੇ ਖਿਲਾਫ ਮੁਕੱਦਮਾ ਨੰਬਰ 57 ਅੰਡਰ ਸੈਕਸ਼ਨ 304 IPC ਦਰਜ ਕੀਤਾ। ਧੋਖਾ ਨਹੀਂ ਪੱਕਾ ਵਾਅਦਾ, ਪਹਿਲਾਂ ਕੋਈ ਫੀਸ ਨਹੀਂ। ਦੁਖੀ ਭੈਣ ਭਰਾਵਾਂ ਦੇ ਹਮਦਰਦ ਸਵਾਮੀ ਵੀਰੇਨ ਜੀ, ਤਕਦੀਰ ਕਦੋਂ ਬਦਲੇਗੀ? ਸੱਚਾ ਪਿਆਰ ਮਿਲੇਗਾ ਜਾਂ ਨਹੀਂ? ਲਾਟਰੀ ਤੋਂ ਧਨ ਮਿਲੇਗਾ ਜਾਂ ਨਹੀਂ? ਸੱਚਾਈ ਜਾਣੋ। ਪਿਆਰ 'ਚ ਧੋਖਾ, ਖੋਇਆ ਪਿਆਰ ਵਾਪਸ ਪਾਉਣਾ, ਪਤੀ ਪਤਨੀ ਪ੍ਰੇਮੀ ਪ੍ਰੇਮਿਕਾ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਇਮੀਗ੍ਰੇਸ਼ਨ ਮਸਲੇ, ਗੁਪਤ ਵਸ਼ੀਕਰਨ ਕਰਾਓ, ਮਨ ਚਾਹਾ ਪਿਆਰ ਆਪਣੇ ਬਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ। ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ।
नहीं देवांगा। संपर्क करो 98153 90965।